ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੰਜਨਾ ਸ਼ਾਹੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਤੁਸੀਂ ਦੇਖਦੇ ਹੋ ਲੈਬ ਟੀਵੀ ਚੈਨਲ 'ਤੇ ਆਪਾਂ ਅੱਜ ਗੱਲ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ NDA ਅਕੈਡਮੀ ਦੀ, ਜਿਹਦੇ ਵਿੱਚ ਸਾਡੇ ਨਾਲ ਜੈ ਸਿੰਘ ਬਡਗੇਰੀਅਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਵੀ ਉਹ ਇੱਥੇ ਜਿਹੜੀ ਫੌਜ ਹੈ ਕਿਸ ਤਰ੍ਹਾਂ ਤਿਆਰ ਕਰਦੇ ਹਾਂ। ਨਮਸਕਾਰ ਸਰ, ਸਰ ਜਿਹੜੀ ਇੱਥੇ ਫੌਜ ਤਿਆਰ ਹੁੰਦੀ ਹੈ ਉਹ ਕਿਸ ਤਰ੍ਹਾਂ ਦੀ ਫੌਜ ਤੁਸੀਂ ਤਿਆਰ ਕਰਦੇ ਹੋ ਅਤੇ ਉਹਦੇ ਵਿੱਚ ਕੀ ਉਪਰਾਲੇ ਹੁੰਦੇ ਨੇ? ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਡਮ, ਬਾਬਾ ਬੰਦਾ ਸਿੰਘ ਬਹਾਦਰ ਆਰਮੀ ਫੋਰਸ ਪ੍ਰਿਪਰੇਟਰੀ ਅਕੈਡਮੀ ਹੈ, 2016 ਚਾਲੂ ਹੋਈ ਸੀ। ਇਹਦੇ ਵਿੱਚ ਅਸੀਂ ਬੱਚੇ ਸਾਡੇ ਕੋਲ ਆਉਂਦੇ ਨੇ 10ਵੀਂ ਪਾਸ ਕਰਕੇ, ਅਤੇ ਅਸੀਂ ਉਹਨਾਂ ਨੂੰ 11ਵੀਂ ਔਰ 12ਵੀਂ ਵੀ ਪੜ੍ਹਾਉਂਦੇ ਹਾਂ ਅਤੇ ਨਾਲ NDA ਦੀ ਪ੍ਰੀ ਇੰਡਕਸ਼ਨ ਟ੍ਰੇਨਿੰਗ ਦਿੰਦੇ ਹਾਂ। NDA ਦਾ ਮਤਲਬ ਹੈ ਨੈਸ਼ਨਲ ਡਿਫੈਂਸ ਅਕੈਡਮੀ ਦਾ ਰਿਟਨ ਐਗਜ਼ਾਮ ਕਰਕੇ, ਇੰਟਰਵਿਊ ਕਰਨ ਦੇ ਬਾਅਦ, ਕੁਆਲੀਫਾਈ ਕਰਨ ਦੇ ਬਾਅਦ ਫੌਜ 'ਚ ਭਰਤੀ ਹੋ ਜਾਂਦਾ। ਅਤੇ ਉਹ 3 ਸਾਲ ਉਹਦੀ ਅਕੈਡਮੀ ਹੁੰਦੀ NDA ਦੇ ਵਿੱਚ ਜਾ ਕੇ, ਪੂਨੇ ਟ੍ਰੇਨਿੰਗ ਹੁੰਦੀ ਹੈ 1 ਸਾਲ, ਡੇਰਾਦੂਨ ਹੁੰਦੀ ਹੈ, ਅਤੇ ਉਹਦੇ ਬਾਅਦ ਅਫਸਰ ਬਣ ਜਾਂਦਾ। ਸਾਡੇ ਕੋਲ ਬੱਚੇ ਪਿੰਡਾਂ ਤੋਂ ਆਉਂਦੇ ਨੇ ਆਪਣੇ, ਔਰ 2 ਸਾਲ ਦਾ ਟ੍ਰੇਨਿੰਗ ਕਰਿਕੁਲਮ। ਟ੍ਰੇਨਿੰਗ ਦੇ ਵਿੱਚ ਵਿੱਚ ਨਾਰਮਲ ਜਿਹੜੀ ਪੜ੍ਹਾਈ ਦੀ ਟ੍ਰੇਨਿੰਗ ਹੈ ਕਿ ਉਹਨੂੰ ਅਸੀਂ SSB ਦੀ ਟ੍ਰੇਨਿੰਗ, ਸਰਵਿਸ ਸਿਲੈਕਸ਼ਨ ਬੋਰਡ ਨੂੰ ਕਿਵੇਂ ਕਲੀਅਰ ਕਰਨਾ, ਰਿਟਨ ਐਗਜ਼ਾਮ ਕਿਵੇਂ ਕਲੀਅਰ ਕਰਨਾ, ਅਤੇ ਹੋਰ ਜਿਹੜੀਆਂ ਇਹਦੇ ਨਾਲ ਜੁੜੀਆਂ ਜ਼ਰੂਰਤ ਨੇ, ਉਹ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਕਲੀਅਰ ਕਰਨਾ। ਜਿੱਦਾਂ ਆਫੀਸਰ ਲਾਈਕ ਕੁਆਲਿਟੀਜ਼ ਹੋ ਗਈਆਂ ਕਿ ਉਹ ਜਿਹੜੀਆਂ ਕੁਆਲਿਟੀਜ਼ ਨੇ, ਕਿਹੜੀਆਂ ਕੁਆਲਿਟੀਜ਼ ਨੇ ਜਿਹੜੀਆਂ ਅਫਸਰ ਬਣਨ ਦੇ ਲਈ ਚਾਹੀਦੀਆਂ ਨੇ, ਲੀਡਰਸ਼ਿਪ ਕੁਆਲਿਟੀਜ਼ ਹੋ ਗਈਆਂ, ਉਹਨਾਂ ਦਾ ਜਿਹੜਾ ਚਾਲ ਚੱਲਣ ਦਾ, ਬੋਲ ਚਾਲੇ ਦਾ ਤਰੀਕਾ ਹੈ ਉਹਨੂੰ ਠੀਕ ਕਰਨਾ, ਐਕਸਪ੍ਰੈਸ਼ਨ ਵਧਾਉਣਾ, ਇਹ ਸਾਰੀਆਂ ਚੀਜ਼ਾਂ ਜਿਹੜੀ ਆ ਇਹ ਅਸੀਂ ਜ਼ਰੂਰੀ ਜਿਹੜੀਆਂ ਗੱਲਾਂ ਨੇ ਉਹ ਇੱਥੇ ਟ੍ਰੇਨ ਕਰਦੇ। ਸਰ, ਇਹ ਆਪਣੇ ਕਿੱਥੋਂ ਕਿੱਥੋਂ ਬੱਚੇ ਮੁਹੱਈਆ ਹੁੰਦੇ ਨੇ? ਆਪਣੇ ਕਿੱਥੋਂ ਬੱਚੇ ਕਿਹੜੇ ਕਿਹੜੇ ਏਰੀਏ ਦੇ ਲੱਗਦੇ ਨੇ? ਬੱਚੇ ਗੱਲ ਇਹ ਕਿ ਹੁਣ ਤਾਂ ਆਲ ਇੰਡੀਆ ਤੋਂ ਆ ਰਹੇ ਨੇ ਬੱਚੇ। ਸਾਡੇ ਕੋਲ 2 ਲੜਕੀਆਂ ਜਿਹੜੀਆਂ ਨੇ ਮਦਰਾਸ ਮਦਰਾਈ ਤੋਂ ਆਈਆਂ ਨੇ, ਦੇਖੋ ਜੀ। ਹਾਂਜੀ, ਸਾਡੇ ਕੋਲ ਬਿਹਾਰ ਤੋਂ ਬੱਚੇ ਆਏ ਨੇ, ਸਾਥੋਂ ਮਹਾਰਾਸ਼ਟਰ ਤੋਂ ਬੱਚੇ ਆਏ ਨੇ, ਹਰਿਆਣੇ ਦੇ ਬੱਚੇ ਨੇ, ਪੰਜਾਬ ਦੇ ਬੱਚੇ ਨੇ, ਚੰਡੀਗੜ੍ਹ ਦੇ ਨੇ। ਇਹ ਕੋਈ ਸਾਡੀ ਰਿਸਟ੍ਰਿਕਸ਼ਨ ਨਹੀਂ ਹੈ ਜੀ। ਜਿਹੜਾ ਜਦੋਂ ਅਸੀਂ ਟੈਸਟ ਲੈਂਦੇ ਹਾਂ, ਜਿਵੇਂ ਹੁਣ 29 ਤਰੀਕ ਨੂੰ ਅਸੀਂ ਇੱਕ ਟੈਸਟ ਲੈ ਰਹੇ ਹਾਂ, ਜਿਹੜਾ ਬੱਚਾ ਕੁਆਲੀਫਾਈ ਹੁੰਦਾ ਹੈ ਰਿਟਨ ਦੇ ਵਿੱਚ, ਉਹਦੇ ਬਾਅਦ ਉਹਨੂੰ ਇੰਟਰਵਿਊ ਵੀ ਬੁਲਾਇਆ ਜਾਂਦਾ, ਅਤੇ ਫਿਰ ਅਸੀਂ ਨਤੀਜਾ ਦਿੰਦੇ ਹਾਂ ਕਿ ਬਈ ਇਸ ਬੱਚੇ 'ਚ ਕਾਬਲੀਅਤ ਹੈ ਅਫਸਰ ਬਣਨ ਦੀ। ਮਾਹਰਾਂ ਦੀ ਟੀਮ ਹੈ ਸਾਡੇ ਕੋਲ ਹੁੰਦੀ ਹੈ ਕਾਲਜ ਦੇ ਵਿੱਚ, ਫੌਜੀ ਅਫਸਰ ਬੈਠਦੇ ਨੇ, ਡਾਕਟਰ ਸਾਹਿਬ ਬੈਠਦੇ ਨੇ, ਪ੍ਰਿੰਸੀਪਲ ਬੈਂਚ ਸਾਈਕਾਲੋਜਿਸਟ ਬੈਠਦੇ ਨੇ, ਉਹ ਹਰ ਇੱਕ ਬੱਚੇ ਨੂੰ ਬਕਾਇਦਾ ਉਹਨੂੰ ਐਗਜ਼ਾਮਿਨ ਕਰਦੇ ਆ। ਸਰ, ਹੁਣ ਤੱਕ ਕਿੰਨੇ ਬੱਚੇ ਇਸ ਅਕੈਡਮੀ ਦਾ ਨਾਮ ਰੋਸ਼ਨ ਕਰਕੇ ਅਫਸਰ ਬਣੇ ਨੇ? ਸਾਡੇ ਕੋਲ ਤਕਰੀਬਨ 35 ਬੱਚੇ ਜਿਹੜੇ ਨੇ, 35 ਤੋਂ 40 ਬੱਚੇ ਹੁਣ ਵੀ ਅੱਜ ਦੇ ਤਰੀਕ ਦੇ ਵਿੱਚ ਵੀ ਸਾਡਾ ਇੱਕ ਬੱਚਾ ਇੰਟਰਵਿਊ ਵੀ ਗਿਆ ਹੋਇਆ। ਅਤੇ ਇਹ ਜਿਹੜਾ ਰੋਲ ਆਨ ਪ੍ਰੋਸੀਜਰ ਹੈ ਇਹ ਕੰਮ ਚੱਲਦਾ ਰਹਿੰਦਾ। ਹਰ ਇੱਕ ਬੱਚੇ ਨੂੰ 2 ਤੋਂ 3 ਚਾਂਸਿਸ ਅਸੀਂ ਦਿੰਦੇ ਹਾਂ, ਤਾਂ ਕਿ ਸਪੋਜ਼ ਕਰੋ ਅਗਲਾ ਇੱਕ ਚਾਂਸ ਮਿਸ ਕਰ ਦਿੰਦਾ, ਦੂਸਰੇ 'ਚ ਪਾ ਜਾਏ, ਤੀਸਰੇ 'ਚ ਪਾ ਜਾਏ। ਇਸ ਤਰ੍ਹਾਂ ਦੀ ਜਿਹੜੀ ਹੈ ਇਹ ਜਿਹੜੀ ਗ੍ਰੈਜੂਏਟਡ ਟ੍ਰੇਨਿੰਗ ਦਿੱਤੀ ਜਾਂਦੀ ਹੈ, ਨਾਲੇ ਨੋਨ ਮੈਡੀਕਲ ਦੀ CBSE ਦੀ ਵੀ ਕਲੀਅਰ ਕਰਦੇ ਹਾਂ। ਸਾਡਾ ਇਹ ਵੀ ਏਮ ਹੁੰਦਾ ਹੈ ਕਿ ਬੱਚਾ ਜਦੋਂ ਪਾਸ
85% 90% ਨੰਬਰ ਲੈ ਕੇ ਪਾਸ ਆਊਟ ਹੋ ਗਏ, ਤਾਂ ਕਿ ਅਗਰ ਬਾਈ ਦੀ ਕੋਈ ਵੰਡੀ ਮਿਸ ਕਰ ਜਾਂਦਾ ਹੈ ਤਾਂ ਉਹਦੇ ਲਈ ਦੂਸਰੇ ਜਿਹੜੇ ਐਵੀਨਿਊਸ ਨੇ ਉਹ ਓਪਨ ਹੋਣੇ ਚਾਹੀਦੇ। ਦੋਸਤੋ ਇਸ ਇਨਸਾਨ ਸਾਡੇ ਨਾਲ ਬ੍ਰਿਗੇਡੀਅਰ ਜੀਜੇ ਸਿੰਘ ਅਤੇ ਅਸੀਂ ਅੱਗੇ ਨੂੰ ਵੀ ਕੋਈ ਅੱਛੀ ਸ਼ਖਸੀਅਤ ਲੈ ਕੇ ਆਵਾਂਗੇ ਅਤੇ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।